ਜਲੰਧਰ ਕੈਂਟ ਦੇ ਵਿੱਚ ਅਸੀਂ ਮੈਡੀਕਲ ਸਟੋਰ ਜਿੰਨੇ ਹੈਗੇ ਆ ਉਹਦੇ ਵਿੱਚ ਦਵਾਈਆਂ ਤੁਸੀਂ ਪ੍ਰੋਵਾਈਡ ਕਰਾਉਂਦੇ ਪਏ ਹੋ ਸਰ ਤੁਹਾਡਾ ਸ਼ੁਭ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਸੰਜੀਵ ਨਾਗਪਾਲ ਹੈਗਾ ਮੈਂ ਨਾਗਪਾਲ ਮੈਡੀਕਲ ਦਾ ਓਨਰ ਹੈਗਾ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇ ਰਹੇ ਹਾਂ ਇਸ ਵੇਲੇ ਕੋਈ ਪ੍ਰਿੰਟ ਤੋਂ ਵੱਧ ਨਹੀਂ ਘੱਟ ਦਵਾਈ ਦੇ ਰਿਹਾ ਤਾਂ ਕਿ ਲੋਕਾਂ ਨੂੰ ਘਰੋਂ ਘਰੇ ਦਵਾਈ ਪਹੁੰਚ ਜਾਵੇ ਇਹ ਲੋਕਾਂ ਦਾ ਕਾਫੀ ਹਿੱਤ ਕਰਦੇ ਪਏ ਹਾਂ ਤੁਹਾਡੇ ਕੋਲ ਦਵਾਈਆਂ ਦੇ ਪ੍ਰੋਵਾਈਡ ਦੇ ਪੂਰੇ ਚਾਂ ਹੈਗੇ ਆ ਜੇ ਪ੍ਰੋਵਾਈਡ ਦਵਾਈਆਂ ਕਰਾਉਂਦੇ ਪਏ ਲੋਕਾਂ ਦੇ ਕੋਈ ਇੱਦਾਂ ਕੋਈ ਗਾਹਕ ਹੈਗਾ ਜੋ ਕਿ ਦਵਾਈਆਂ ਤੋਂ ਬਗੈਰ ਮੋੜਦਾ ਪਿਆ ਨਹੀਂ ਨਹੀਂ ਸਾਡੀ 90% ਕੋਸ਼ਿਸ਼ ਹੈ ਕਿ ਅਸੀਂ ਹਰ ਕਿਸੇ ਕਸਟਮਰ ਨੂੰ ਦਵਾਈ ਦੇ ਕੇ ਭੇਜੀਏ ਸਰ ਜਦੋਂ ਆਪਾਂ ਦਾਇਰਾ ਦੇਖਿਆ 1 ਮੀਟਰ ਦੀ ਦੂਰੀ ਦੇ ਵਿੱਚ ਸਰਕਾਰ ਨੇ ਕਿਹਾ ਕਿ ਗੋਲ ਚੱਕਰ ਲਗਾ ਕੇ ਦਵਾਈਆਂ ਪ੍ਰੋਵਾਈਡ ਕਰਾਈਏ ਜਾਏ ਉਹ ਤੁਸੀਂ ਰੂਲ ਦੇਖ ਸਕਦੇ ਹੋ ਅਸੀਂ ਬਾਹਰ ਗੋਲੇ ਵੀ ਪਾਏ ਹੋਏ ਆ ਥੋੜ੍ਹੇ ਬਾਰਿਸ਼ ਕਰਕੇ ਧੁਰੇ ਸੀ ਜ਼ਰੂਰ ਲੇਕਿਨ ਅਸੀਂ ਗੋਲੇ ਪ੍ਰੋਵਾਈਡ ਤਾਂ ਕਿ 1 ਮੀਟਰ ਦੀ ਦੂਰੀ 'ਤੇ ਲੋਕ ਖੜ੍ਹੇ ਰਹਿਣ ਅਤੇ ਦਵਾਈ ਲੈ ਸਕਣ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ ਸਰਕਾਰ ਨੇ ਕੋਰੋਨਾ ਵਾਇਰਸ ਕਰਕੇ ਜਨਤਾ ਕਰਫਿਊ ਬੰਦ ਕਰਾਉਣ ਦਾ ਦੇਸ਼ ਦਿੱਤਾ ਉਹਦੇ ਅੱਗੇ ਜਨਤਾ ਦਾ ਕੀ ਸਹਿਯੋਗ ਦੇ ਰਹੇ ਹੋ ਜਨਤਾ ਵੱਲੋਂ ਬੰਦ ਦੀ ਕਾਲ ਸੀ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਅਪੀਲ ਕੀਤੀ ਸੀ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਹੈ ਔਰ ਅਸੀਂ ਲੋਕਾਂ ਤੋਂ ਮੰਗ ਕਰਦੇ ਹਾਂ ਵੀ ਇਸੇ ਤਰ੍ਹਾਂ ਮਾਨਯੋਗ ਸੀਪੀ ਆਪਣੇ ਸੀਐਮ ਸਾਹਿਬ ਨੇ ਜੋ ਕਿਹਾ ਵੀ ਇਹਨੂੰ 31 ਤੇ ਇੱਦਾਂ ਹੀ ਰੱਖਣਾ ਅਸੀਂ ਇਹਨੂੰ ਰੱਖਣ ਲਈ ਪੂਰੇ ਯਤਨ ਕਰ ਰਹੇ ਹਾਂ ਅਤੇ ਲੋਕ ਸਾਨੂੰ ਪੂਰਾ ਸਹਿਯੋਗ ਰਹੇ ਅਤੇ ਗਾਂਹ ਸਹਿਯੋਗ ਦੀ ਮੰਗ ਕਰਦੇ ਹਾਂ ਜਲੰਧਰ ਕੈਂਟ ਦੇ ਵਾਸੀਆਂ ਦਾ ਕੀ ਸੰਦੇਸ਼ ਹੈ ਤੁਹਾਡੇ ਲਈ ਕਹਿੰਦੇ ਹਾਂ ਜਿਹੜਾ ਇਹ ਕਰੋਨਾ ਵਾਇਰਸ ਆ ਇਹ ਨਾਮਨਾਦ ਬਿਮਾਰੀ ਆ ਇਹਨੂੰ ਖਤਮ ਕਰਨ ਲਈ ਇਹਨੂੰ ਜਿਹੜਾ ਆ ਆਪਣੇ ਘਰਾਂ ਵਿੱਚ ਅੰਦਰ ਹੀ ਰਹਿਣਾ ਬਗੈਰ ਮਤਲਬ ਤੋਂ ਬਾਹਰ ਨਿਕਲਣ ਲਈ ਨਿਕਲਣਾ ਨਹੀਂ ਚਾਹੀਦਾ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਉਹ ਕੰਮ ਕਰਕੇ ਵਾਪਸ ਆਪਣੇ ਘਰਾਂ ਦੇ ਅੰਦਰ ਚਲ ਜਾਓ ਤਾਂ ਜੋ ਇਹਦੀ ਕੜੀ ਨੂੰ ਤੋੜਿਆ ਜਾਵੇ